ਕਾਂਗਰਸੀ ਨੇਤਾ ਕੁਲਵਿੰਦਰ ਸਿੰਘ ਦੇ ਵੱਲੋਂ 24 ਅਗਸਤ 2018 ਦੀ ਰਾਤ ਨੂੰ ਸ਼ਰੇਆਮ ਸ਼ਹਿਰ ਦੇ ਚੌਂਕ ਦੇ ਵਿਚ ਹੱਤਿਆ ਕਰ ਦਿੱਤੀ ਗਈ। ਇਸ ਮਾਮਲੇ ਦੇ ਸਬੰਧ ਵਿਚ 10 ਦੋਸ਼ੀਆਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਪੁਲਿਸ ਦੇ ਵੱਡੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਸੀ ਕਿ 10 ਦਿਨਾਂ ਦੇ ਅੰਦਰ ਹੀ ਸਾਰੇ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ, ਪਰ ਅੱਜ 6 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ। ਅੱਜ ਪੱਤਰਕਾਰ ਵਾਰਤਾ ਦੇ ਵਿਚ ਮ੍ਰਿਤਕ ਕੁਲਵਿੰਦਰ ਸਿੰਘ ਕਿੰਦਾ ਦੀ ਪਤਨੀ ਕਮਲਜੀਤ ਕੌਰ ਅਤੇ ਕੌਂਸਲਰ ਨੇ ਕਿਹਾ ਕਿ ਅੱਜ ਸਾਨੂੰ ਦੋਸ਼ੀਆਂ ਦੇ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਜਦਕਿ ਪੀੜਤ ਪਰਿਵਾਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ DGP ਪੰਜਾਬ ਦਿਨਕਰ ਗੁਪਤਾ ਤੋਂ ਮੰਗ ਕੀਤੀ ਹੈ ਕਿ ਪੁਲਿਸ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰੇ, ਨਹੀਂ ਤਾਂ 25 ਫਰਵਰੀ ਨੂੰ ਉਹ ਮਰਨ ਵਰਤ ਦੇ ਉੱਤੇ ਬੈਠੇਗੀ। ਕਮਲਜੀਤ ਕੌਰ ਕੌਂਸਲਰ ਕਾਂਗਰਸ, ਜੋ ਕਿ ਮੇਰੇ ਪਤੀ ਦਾ ਸ਼ਰੇਆਮ ਚੌਂਕ ਵਿੱਚ ਕਤਲ ਕੀਤਾ ਗਿਆ। ਇਹ ਕਿਦੋਂ ਦੀ ਗੱਲ ਹੈ ਜੀ? ਇਹ 24 ਅਗਸਤ ਦੀ। ਫੇਰ ਜੀ, ਉਸ ਟਾਈਮ ਤੇ ਪੁਲਿਸ ਉੱਥੇ ਮੌਜੂਦ ਸੀ, ਜੋ ਵੀ ਕਿਸੇ ਨੇ ਕੋਈ ਵੀ ਉਸ ਟਾਈਮ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ। ਮੁੜ ਕੇ ਸਾਡੇ ਜਾਣ ਤੇ ਉਹਨਾਂ ਨੇ ਸਮਾਂ ਖਾਧੀਆਂ ਕਿ ਅਸੀਂ ਤੁਹਾਨੂੰ SPD ਸਾਹਿਬ ਬਣਾਂਗੇ। ਗੁਰੂ ਰਾਮਦਾਸ ਜੀ ਸਹੁੰ ਖਾ ਕੇ ਕਿਹਾ ਕਿ ਅਸੀਂ ਤੁਹਾਨੂੰ ਇਨਸਾਫ਼ ਦੇਵਾਂਗੇ ਅਤੇ ਕਾਤਲਾਂ ਨੂੰ ਹੀ ਫੜ ਕੇ, ਪਰ ਉਹਨਾਂ ਨੇ ਕੋਈ ਵੀ ਅੱਜ ਤੱਕ ਕੋਈ ਵੀ ਇਨਸਾਫ਼ ਨਹੀਂ ਸਾਨੂੰ ਦਵਾਇਆ। 6 ਮਹੀਨੇ ਹੋ ਚੁੱਕੇ ਨੇ, PO ਦੀ ਤਰੀਕ 'ਤੇ ਵੀ ਉਸ ਟਾਈਮ 'ਤੇ ਉਹ ਪੁਲਿਸ ਜਿਹੜੀ ਨਹੀਂ ਪਹੁੰਚੀ। ਤੁਹਾਨੂੰ ਕੀ ਲੱਗਦਾ ਕੀ ਕਾਰਨ ਹੈ ਇਸਦਾ? ਸਾਨੂੰ ਤਾਂ ਇਸ ਤਰ੍ਹਾਂ ਲੱਗਦਾ ਕਿ ਪੁਲਿਸ ਉਹਨਾਂ ਕੋਲ ਪੈਸੇ ਖਾਤੀ ਆ, ਇਸ ਕਰਕੇ ਸਾਨੂੰ ਇਨਸਾਫ਼ ਨਹੀਂ ਮਿਲ ਰਿਹਾ। ਕੌਣ ਕੌਣ ਸੀ ਦੋਸ਼ੀ ਇਹਦੇ 'ਚ ਪਾਏ ਗਏ? 22 ਨੇਮ 10 ਆ ਅਤੇ 7-8 ਦਿਨ ਪਛਾਤੇ ਆ, ਜੋ ਕਿ ਮੈਂ ਸਾਹਮਣੇ ਹੋ ਤਾਂ ਉਹਨਾਂ ਨੂੰ ਪਛਾਣ ਸਕਦਾ ਵਾਂ ਕੌਣ ਆ। ਅਤੇ ਜਿਹੜੇ ਪੁਲਿਸ ਵਾਲੇ ਉਹ ਨਾਲ ਰਲੇ ਹੋਏ ਆ, 1 ਰੁਪਈਏ ਦੀ ਵੀ ਸਾਡੀ ਸੁਣਵਾਈ ਨਹੀਂ ਹੋਈ ਜੀ। ਉਸ ਟਾਈਮ 'ਤੇ ਮੇਰਾ ਬੇਟਾ ਮੌਜੂਦ ਸੀ, ਉਸ ਟਾਈਮ ਮੈਂ ਉੱਥੇ ਮੌਜੂਦ ਸੀ। ਉਹਨਾਂ ਬੜੀ ਬੇਰਾਮੀ ਨਾਲ ਕਤਲ ਕੀਤਾ ਜੀ, ਅਤੇ ਉਹਦੇ ਨਾਲ SPD ਸਾਹਿਬ ਨੇ ਚਲੋ ਸਾਨੂੰ ਮਨਾਮ ਨੂੰ ਗਏ ਸੰਸਕਾਰ ਕਰਾ ਤਾ, ਅਸੀਂ ਕਰਨਾ ਨਹੀਂ ਸੀ। ਅਤੇ ਸਹੁੰ ਵੀ ਖਾਧੀ ਗੁਰੂ ਰਾਮਦਾਸ ਸਾਹਿਬ ਜੀ ਹੱਥ ਕਰਕੇ ਕਿ ਮੈਂ 10 ਦਿਨਾਂ 'ਚ ਬੰਦੇ ਫੜ ਕੇ ਅਤੇ ਜੇਲੇ ਘੱਲੂੰਗਾ। ਅਤੇ ਪਰ ਮੰਗ ਇਹੋ ਹੀ ਆ ਕਿ 24 ਤਰੀਕ ਤੀਕਰ ਜੇ ਬੰਦੇ ਫੜ ਲਏ ਠੀਕ ਆ, ਨਹੀਂ ਤਾਂ 25 ਤਰੀਕ ਨੂੰ ਅਸੀਂ ਥਾਣੇ ਅੱਗੇ ਬਹਿਣਾ, ਮਰਨ ਵਰਤ ਦੇ ਬਹਿਣਾ ਜੀ। ਹੁਣ ਤੱਕ ਤੁਸੀਂ ਇਸ ਮਾਮਲੇ 'ਚ ਕਿੰਨਾ ਨੂੰ ਉੱਚ ਅਧਿਕਾਰੀਆਂ ਨੂੰ ਮਿਲ ਚੁੱਕੇ ਜੀ? ਇਹ SSP ਤੀਕਰ ਹੀ ਮਿਲੇ ਜੀ। ਕੀ ਉਹਨਾਂ ਆਸ਼ਵਾਸਨ ਦਿੱਤਾ ਸੀ ਲਾਸਟ ਜਦੋਂ ਮਿਲੇ ਸੀ ਤੁਸੀਂ? ਉਹਨਾਂ ਇਹੋ ਕਿਹਾ ਕਿ SPD ਸਾਹਿਬ ਨਾਲ ਕਰਦੇ ਆ ਕੀ ਕਹਿੰਦੇ ਆ ਉਹ, ਬਸ ਇਹੋ ਕਿਹਾ ਜੀ। ਹੋਰ ਕੋਈ ਕਾਰਵਾਈ ਨਹੀਂ? ਨਹੀਂ, ਹੋਰ ਕੁਛ ਨਹੀਂ ਕੀਤਾ ਜੀ। ਤੇ ਐਰਕੀ 15 ਤਰੀਕ ਪਈ ਸੀ ਤੇ ਸਾਨੂੰ ਕਹਿੰਦੇ ਕਿ ਸਾਡੀ ਜਾਣ ਦੀ ਲੋੜ ਨਹੀਂ, ਪਰ ਜੱਜ ਨੇ IO ਅਫਸਰ ਬਹਾਤਾ ਕਿ ਤਫਤੀਸ਼ ਅਫਸਰ ਜਿੰਨੇ ਮੈਨੂੰ ਆਣ ਕੇ ਦੱਸੇ ਕਿ ਇਹਨਾਂ ਦੀ ਕੋਈ ਇਨਕੁਆਇਰੀ ਲੱਗੀ, ਕੋਈ ਜ਼ਮਾਨਤ ਹੋਈ, ਉਹ ਭਰ ਗਿਆ ਨਹੀਂ ਤੇ ਉਹਨੇ ਤਰੀਕ ਪਾਤੀ 26 ਮਾਰਚ ਪਾਤੀ। ਜੰਡਿਆਲਾ ਗੁਰੂ ਤੋਂ ਕਮਲਜੀਤ ਸਿੰਘ ਦੀ ਰਿਪੋਰਟ।